एक्चुअली एक्टिंग लाइन दे विच सोनिया मान दा जड़ा है किरदार कह लिए जां एक फील्ड कह लिए वो खत्म है, मतलब कि लगभग खत्म है, एक्टिंग आउंदी नहीं हैगी। माफ करना यह गल्लां कहणियां पईयां, परसनली मैं किसी ते अटैक करदा नहीं, पर सोनिया मान उन्हां नूं भी सोचना चाहीदा कि सोशल मीडिया ते जो बोलदे ने ते उस तों बाद ही फिर यह गल्लां जिहड़ियां ने उह निकलदियां। मैं शुरू शुरू दे विच एक वारी गल कीती सी जदों उन्हां दी तस्वीर एक जनाने दे पैरां दे विच बैठिया होया बाहर आई सी, जिहदे पैर धो के पी रहे ने जां ओह पैर नचोड़ के पी रहे ने, ओह बंदे दी समझ नहीं लगदी ओह बंदा है जनानी है शीमेल है फीमेल है। उन्हें नेल पॉलिश भी लाई हुई है, दाढ़ी भी रखी हुई है, रंगिया भी होया, बहुत कुछ किया होया, एडा ढिड कढ़िया होया। सो उहदे पैरां च तुसी बैठ के गल्लां करोगे, पंजाब दीआं पंजाब दे हक दवाउण दीआं गल्लां करोगे तुसी। ਤੁਸੀਂ ਅਸਲ ਜਾਣਦੇ ਹੀ ਨਹੀਂ ਹੋ ਕਿ ਪੰਜਾਬ ਦੇ ਕਿਹੜੇ ਵਾਰਸ ਨੇ, ਇਸ ਲਈ ਤੁਸੀਂ ਗੱਲਾਂ ਕਰਦੇ ਹੋ ਉਹਨਾਂ ਜਨਾਨਿਆਂ ਦੇ ਪੈਰਾਂ ਦੇ ਵਿੱਚ ਬਹਿ ਕੇ ਕਿ ਤੁਸੀਂ ਹੱਕ ਦਿਵਾਉਣੇ ਨੇ। ਤੁਸੀਂ ਆਪਣਾ ਪਿਛੋਕੜ ਤਾਂ ਵੇਖੋ, ਤੁਸੀਂ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਉਦਾਂ ਗੱਲਾਂ ਕਰਦੇ ਹੋ ਸੋਨੀਆ ਮਾਨ ਜੀ, ਤੁਸੀਂ ਗੱਲਾਂ ਕਰਦੇ ਹੋ ਸੋਸ਼ਲ ਮੀਡੀਆ ਤੇ ਕਿ ਮੈਂ ਵੀ ਸਿੱਖਾਂ ਦੀ ਧੀ ਹਾਂ। ਜੇਕਰ ਸਿੱਖਾਂ ਦੀ ਧੀ ਹੋ ਕੇ ਜਨਾਨਿਆਂ ਦੇ ਪੈਰਾਂ ਦੇ ਵਿੱਚ ਬਹਿਣਾ ਤਾਂ ਫਿਰ ਤੁਸੀਂ ਅਸਲ ਸਿੱਖਾਂ ਦੇ ਕਿ ਪੰਜਾਬ ਦੇ ਵੀ ਵਾਰਸ ਨਹੀਂ ਹੈਗੇ, ਫਿਰ ਤੁਸੀਂ ਕਿਤੇ ਬਾਹਰੋਂ ਮਤਲਬ ਕਿ ਕਿਤੇ ਪੰਜਾਬ ਚ ਆਏ ਲੱਗਦੇ ਹੋ ਮੈਨੂੰ। ਅੱਜ ਤੁਹਾਨੂੰ ਇਹ ਗੱਲਾਂ ਜਿਹੜੀਆਂ, ਇੱਕ ਪਾਸਿਓਂ ਤੁਹਾਡਾ ਫੀਲਡ ਤੁਹਾਡਾ ਕੈਰੀਅਰ ਮੁੱਕ ਗਿਆ, ਤੁਹਾਡੇ ਕੋਲ ਐਕਟਿੰਗ ਨਹੀਂ ਹੋਈ ਫਿਲਮਾਂ ਦੇ ਵਿੱਚ, ਦੇਖਿਆ ਸੀ ਤਿੰਨ ਚਾਰ ਫਿਲਮਾਂ ਦੇਖੀਆਂ ਤਿੰਨੇ ਹੀ ਫਲੋਪ ਨੇ, ਜਿੰਨੇ ਸਾਡੇ ਨਾਲ ਜੁੜੇ ਹੋਏ ਤੁਸੀਂ ਵੀ ਜਾ ਕੇ ਦੇਖ ਲਿਓ। ਸੋ ਦੂਸਰਾ ਹੁਣ ਜਿਹੜਾ ਸਿੱਕਾ ਅਜਮਾਉਣਾ ਸੀ ਉਹ ਰਾਜਨੀਤੀ ਦੇ ਵਿੱਚ, ਤੇ ਜਿੱਦਾਂ ਦੇ ਰਾਹ ਤੇ ਤੁਸੀਂ ਪੈ ਗਏ ਹੋ ਤੁਹਾਡਾ ਰਾਜਨੀਤੀ ਚ ਵੀ ਕੁਛ ਨਹੀਂ ਬਣਨਾ। ਕਿਉਂਕਿ ਉਹਨਾਂ ਲੋਕਾਂ ਦਾ ਰਾਜਨੀਤੀ ਚ ਕੁਛ ਨਹੀਂ ਬਣਿਆ ਪੰਜਾਬ ਦਿਆਂ ਚ ਜਿਨ੍ਹਾਂ ਨੇ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕੀਤੀ। ਅੱਜ ਬਾਦਲ ਦਲ ਕਿੱਥੇ ਖੜਿਆ ਆ ਕੇ, ਅੱਜ ਆਮ ਆਦਮੀ ਪਾਰਟੀ ਦੇ ਕੁਛ ਕੁ ਜਿਹੜੇ ਲੋਕ ਨੇ, ਜਿਹੜੇ ਰਿੰਪੀ ਬਲਜਿੰਦਰ ਵਰਗੇ, ਬਲਜਿੰਦਰ ਕੌਰ ਵਰਗੇ, ਜਿਹੜੀ ਕਹਿੰਦੀ ਮੈਨੂੰ ਅਫਸੋਸ ਹੈ ਕਿ ਮੈਂ ਜਿਨ੍ਹਾਂ ਦੇ ਘਰ ਦੇ ਵਿੱਚ ਜੰਮੀ ਹਾਂ, ਅੱਜ ਉਹ ਕਿੱਥੇ ਕਿਹੜੀ ਲਾਈਨ ਦੇ ਵਿੱਚ ਆ ਕੇ ਖੜ ਗਈ ਹੈ। ਸੋਨੀਆ ਮਾਨ ਜੀ, ਜੇਕਰ ਪੋਲੀਟੀਕਲ ਲਾਈਨ ਦੇ ਵਿੱਚ ਕੈਰੀਅਰ ਬਣਾਉਣਾ ਤਾਂ ਤੁਹਾਨੂੰ ਸਿੱਖਾਂ ਦੇ ਤੇ ਪੰਜਾਬ ਦੇ ਹਿੱਤ ਦੇ ਵਿੱਚ ਖੜਨਾ ਪੈਣਾ। ਇਹੀ ਮੇਰੀ ਐਡਵਾਈਸ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਹੈ, ਚਾਹੇ ਕੋਈ ਨਵੀਂ ਪਾਰਟੀ ਆਮ ਆਦਮੀ ਪਾਰਟੀ ਵਰਗੀ ਹੈ ਜਾਂ ਕੋਈ ਹੋਰ ਹੈਗੀ ਆ। ਸੋ ਇਹ ਇੱਥੋਂ ਤੱਕ ਆਪਾਂ ਜਦੋਂ ਹੁਣ ਇੱਕ ਕੇਂਦਰ ਦੇ ਲੈਵਲ ਦੀ ਗੱਲ ਕਰ ਲੈਂਦੇ ਹਾਂ, ਉਹਨਾਂ ਦੇ ਵਿੱਚ ਵੀ ਐਸੀ ਭੰਬਲ ਭੂਸੇ ਪਾਉਣ ਵਾਲੇ ਬਹੁਤ ਲੋਕ ਨੇ ਜਿਹੜੇ ਘੱਟ ਗਿਣਤੀਆਂ ਦੇ ਖਿਲਾਫ਼ ਬੋਲਦੇ ਨੇ, ਮੁੜ ਕੇ ਇੱਕ ਵੱਡੀ ਪਾਵਰ ਜਿਹੜੀ ਹੈ ਵੱਡੀ ਪਾਰਟੀ ਹੈ ਉਹਨਾਂ ਨੂੰ ਲੈ ਜਾਂਦੀ ਹੈ ਅੱਗੇ, ਉਹਨਾਂ ਨੂੰ ਉਹ ਬਣਾ ਕੇ ਕੋਈ ਐਮਪੀ ਦਾ ਅਹੁਦਾ ਦੇ ਦਿੰਦੀ ਜਾਂ ਕਿਤੇ ਵੀ ਹੋ ਜਾਂ। ਤੁਹਾਡੇ ਨਾਲ ਇਦਾਂ ਨਹੀਂ ਹੋਣਾ, ਕਿਉਂਕਿ ਪੰਜਾਬ 'ਚ ਇਦਾਂ ਨਹੀਂ ਹੈਗਾ, ਪੰਜਾਬ 'ਚ ਸਾਰੇ ਆਪਣੇ ਕੁਰਸੀਆਂ ਦੇ ਭੁੱਖੇ ਆ, ਤੁਹਾਨੂੰ ਕਿਸੇ ਨੇ ਨਹੀਂ ਦੇਣੀ, ਜਿੰਨਾ ਮਰਜ਼ੀ ਬੋਲ ਲਓ ਕੰਗਣਾ ਨੂੰ ਮਿਲ ਜਾਣੀ ਆ ਕੁਰਸੀ, ਤੁਹਾਨੂੰ ਨਹੀਂ ਮਿਲਣੀ, ਕਿਉਂਕਿ ਕੇਂਦਰ ਦੇ ਕੋਲ ਜਾਂ ਬੀਜੇਪੀ ਪਾਰਟੀ ਦੇ ਕੋਲ ਐਸੇ ਲੋਕਾਂ ਲਈ ਬਹੁਤ ਥਾਂ ਹੈਗੀ ਆ। ਪਰ ਪੰਜਾਬ ਦੇ ਵਿੱਚ ਜੇ ਅਕਾਲੀ ਦਲ ਬਾਦਲ ਵੀ ਆ ਜਾਂਦੀ ਹੈ ਜਾਂ ਦੂਜੇ ਵੀ ਆ ਜਾਂਦੇ ਤਾਂ ਉਹਨਾਂ ਦੇ ਪਿੱਛੇ ਲੌਂਗ ਲਾਣਾ ਬਹੁਤ ਹੈ, ਤੁਹਾਨੂੰ ਫਿਰ ਵੀ ਸੀਟ ਨਹੀਂ ਮਿਲਣੀ। ਅੱਜ ਸੋਨੀਆ ਮਾਨ ਜਿਹੜੀ ਹੈ ਉਹ ਬਾਰ ਬਾਰ ਆ ਕੇ ਇਹ ਕਹਿ ਰਹੀ ਹੈ ਵੀ ਅੱਜ ਇੱਕ ਤੁਸੀਂ ਕਲੀਨ ਸ਼ੇਵ ਦੇ ਪਿੱਛੇ ਲੱਗੇ ਹੋਏ ਹੋ, ਉਹਦੀ ਆਪਣੀ ਸ਼ੇਵ ਕੀਤੀ ਹੋਈ, ਕਲੀਨ ਸ਼ੇਵ ਕੀਤੀ ਹੈ, ਉਹਦੀ ਕਟਿੰਗ ਹੈਗੀ ਆ, ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕਦੋਂ ਅੰਮ੍ਰਿਤ ਛਕਿਆ ਸੀ, ਤੁਸੀਂ ਸਿਰ ਤੇ ਦਮਾਲਾ ਸਜਾਇਆ ਹੋਇਆ, ਤੁਹਾਡਾ ਆਪਣਾ ਕੀ ਰੂਪ ਤੁਹਾਡਾ ਹੈਗਾ, ਤੁਸੀਂ ਤਸਵੀਰਾਂ ਚ ਦੇਖ ਲਿਆ, ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤੁਹਾਡੀਆਂ ਤਸਵੀਰਾਂ, ਜੇ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਕਿ ਕੋਈ ਕਲੀਨ ਸ਼ੇਵ ਹੈਗਾ ਜਾਂ ਕੋਈ ਕਿਤੇ ਵੀ ਹੈ, ਤੁਹਾਡਾ ਆਪਣਾ ਰੂਪ ਕੀ ਹੈ, ਭਰਵੱਟੇ ਤੁਹਾਡੇ ਮੁੰਨੇ ਹੋਏ ਨੇ। ਮਾਫ਼ ਕਰਨਾ, ਅੱਜ ਪਰਸਨਲੀ ਇਸ ਕਰਕੇ ਕਹਿ ਰਿਹਾ, ਪਰਸਨਲ ਆਪਾਂ ਉਦੋਂ ਹੁੰਦੇ ਹਾਂ ਜਦੋਂ ਤੁਸੀਂ ਕਿਸੇ ਦਾ ਪਰਸਨਲ ਅਟੈਕ ਕਰਦੇ ਹੋ, ਜਦੋਂ ਤੁਹਾਨੂੰ ਬਹੁਤ ਭੱਦੀ ਸ਼ਬਦਾਵਲੀ ਕਮੈਂਟਾਂ ਦੇ ਵਿੱਚ ਲੋਕ ਵਰਤਣ ਲੱਗ ਪਏ ਤਾਂ ਫਿਰ ਤੁਸੀਂ ਕੀ ਕਹਿਣਾ ਸ਼ੁਰੂ ਕਰ ਦਿੱਤਾ। ਇੱਥੇ ਹੁਣ ਨੋਟ ਕਰਿਓ ਗੱਲ ਮੇਰੀ, ਜਦੋਂ ਵੀ ਕਿਸੇ ਦੀ ਬੇੜੀ ਡੁੱਬਦੀ ਹੁੰਦੀ ਹੈ ਨਾ, ਨੋਟ ਕਰ ਲਿਓ ਕਿਰਪਾ ਕਰਕੇ ਆਹ ਗੱਲ, ਜਦੋਂ ਵੀ ਕਿਸੇ ਦਾ ਰਾਜਨੀਤਿਕ ਕੈਰੀਅਰ ਜਾਂ ਫਿਰ ਕਿਸੇ ਦਾ ਕੋਈ ਆਪਣਾ ਫੀਲਡ, ਮਤਲਬ ਕਿ ਉਹਦੀ ਪਾਪੂਲਰਿਟੀ ਘਟਦੀ ਹੁੰਦੀ ਹੈ ਜਾਂ ਉਹ ਕਿਸੇ ਬੇਇੱਜ਼ਤੀ ਦੇ ਕਿਨਾਰੇ ਤੇ ਆ ਕੇ ਖੜ ਜਾਂਦਾ, ਮਤਲਬ ਕਿ ਉਹਦੀ ਉਥੋਂ ਇਮੇਜ ਜਿਹੜੀ ਹੈ ਖਤਮ ਹੋਣ ਵੱਲ ਤੁਰ ਪੈਂਦੀ ਹੈ, ਫਿਰ ਉਹ ਸਿੱਖੀ ਦਾ ਸਹਾਰਾ ਲੈਂਦਾ। ਆ ਪਿਛਲੇ 3 ਮਹੀਨਿਆਂ ਦੇ ਸੋਨੀਆ ਮਾਨ ਦੇ ਆਪਾਂ ਕਹਿ ਲਈਏ ਪੀਰੀਅਡ ਦੇ ਵਿੱਚ, ਇਸ 3 ਮਹੀਨਿਆਂ ਦਾ ਸੋਨੀਆ ਮਾਨ ਦਾ ਪੀਰੀਅਡ ਦੇਖ ਲਈਏ, ਇੱਕ ਵਾਰ ਵੀ ਉਹਨੇ ਇਹ ਗੱਲ ਨਹੀਂ ਸੀ ਕਹੀ ਵੀ ਜਨਰਲ ਸੁਬੇਗ ਸਿੰਘ ਦੇ ਪਰਿਵਾਰ ਦੇ ਵਿੱਚੋਂ ਆ ਮੈਂ।
ਅੱਜ ਜਦੋਂ ਭੱਦੀ ਸ਼ਬਦਾਵਲੀ ਵਰਤੀ ਗਈ ਸਵਾਲ ਪੁੱਛੇ ਗਏ ਸੋਨੀਆ ਮਾਨ ਨੂੰ ਕਮੈਂਟਾਂ ਦੇ ਵਿੱਚ ਤਾਂ ਅੱਜ ਉਹਨੂੰ ਜ਼ਿਕਰ ਕਰਨਾ ਪਿਆ ਕਿ ਮੈਂ ਜਨਰਲ ਸੁਬੇਗ ਸਿੰਘ ਦੇ ਖਾਨਦਾਨ ਦੇ ਵਿੱਚੋਂ ਹਾਂ। ਮਤਲਬ ਜਦੋਂ ਤੁਹਾਡੀ ਬੇੜੀ ਡੁੱਬਦੀ ਆ ਉਦੋਂ ਤੁਹਾਨੂੰ ਸਿੱਖੀ ਚੇਤੇ ਆ ਜਾਏ ਇਦਾਂ ਹੀ ਕਾਮਰੇਡ ਕਰਦੇ ਆ ਪਹਿਲਾਂ ਕਹਿੰਦੇ ਨਿਸ਼ਾਨ ਸਾਹਿਬ ਪਿੱਛੇ ਲੈ ਜਾਓ ਜਦੋਂ ਫਿਰ ਥੂ ਥੂ ਹੁੰਦੀ ਹੈ ਫਿਰ ਕਹਿੰਦੇ ਅਸੀਂ ਵੀ ਪੰਜ ਕਕਾਰੀ ਆ ਜਾਂ ਨਿਤਨੇਮੀ ਆ ਫਿਰ ਇੱਦਾਂ ਕਹਿੰਦੇ ਇਹ ਇਸੇ ਤਰੀਕੇ ਦੇ ਨਾਲ ਜੇ ਤੁਸੀਂ ਜਨਰਲ ਸੁਬੇਗ ਸਿੰਘ ਹੋਰਾਂ ਦੀ ਗੱਲ ਵੀ ਕਰਦੇ ਹੋ ਕਿ ਮੈਂ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਹਾਂ ਅੱਜ ਜੇਕਰ ਜਨਰਲ ਸੁਬੇਗ ਸਿੰਘ ਵੀ ਹੁੰਦੇ ਤਾਂ ਤੁਹਾਡਾ ਵਿਰੋਧ ਕਰਦੇ ਜੇ ਚਲੋ ਮੰਨ ਵੀ ਲੈਂਦੇ ਆ ਵੀ ਤੁਸੀਂ ਉਹਨਾਂ ਦੇ ਖਾਨਦਾਨ ਚੋਂ ਪਹਿਲੀ ਗੱਲ ਤਾਂ ਅਸੀਂ ਕਦੀ ਵੀ ਇਹ ਚੀਜ਼ ਨੂੰ ਮੰਨ ਕੇ ਨਹੀਂ ਚੱਲਦੇ ਅਸੀਂ ਪੁਜਾਰੀ ਨਹੀਂ ਹੈਗੇ ਅਸੀਂ ਉਹ ਪੁਜਾਰੀ ਨਹੀਂ ਕਿ ਪੀੜ੍ਹੀ ਦਰ ਪੀੜ੍ਹੀ ਤੁਹਾਨੂੰ ਪੂਜਣਾ ਸ਼ੁਰੂ ਕਰ ਦਈਏ ਵੀ ਜੇ ਜਨਰਲ ਸੁਬੇਗ ਸਿੰਘ ਜੀ ਤੁਹਾਡੇ ਮਾਸੜ ਸੀ ਤਾਂ ਅੱਜ ਤੁਹਾਡੀ ਵੀ ਪੂਜਾ ਅਸੀਂ ਕਰ ਦਈਏ ਏਦਾਂ ਨਹੀਂ ਹੈਗਾ ਸਾਡੇ ਵਿੱਚ ਉਹ ਸ਼ਖਸੀਅਤ ਉਹੋ ਹੀ ਸੀ ਆਹ ਜਿਹੜੀ ਤੁਹਾਡੀ ਸ਼ਖਸੀਅਤ ਆ ਉਹ ਤੁਸੀਂ ਦਿਖਾ ਦਿੱਤੀ ਹੈ ਜਨਰਲ ਸੁਬੇਗ ਸਿੰਘ ਹੋਰਾਂ ਦੀ ਜਿਹੜੀ ਸ਼ਖਸੀਅਤ ਸੀ ਤੁਸੀਂ ਅੱਜ ਨਿਸ਼ਾਨ ਸਾਹਿਬ ਦਾ ਵਿਰੋਧ ਕਰ ਰਹੇ ਹੋ ਉਹਨਾਂ ਨੇ ਨਿਸ਼ਾਨ ਸਾਹਿਬ ਵਾਸਤੇ ਕੁਰਬਾਨੀ ਦੇ ਦਿੱਤੀ ਹੈ ਦੱਸੋ ਕਿੱਥੇ ਖੜੀ ਤੁਹਾਡੀ ਸੋਚ ਜਨਰਲ ਸੁਬੇਗ ਸਿੰਘ ਦਾ ਨਾਮ ਨਾ ਲਓ ਬਹੁਤ ਵਧੀਆ ਗੱਲ ਹੈ ਤੇ ਅਸੀਂ ਇਹ ਬਾਰ ਬਾਰ ਮੈਂ ਇਹਦੀ ਉਦਾਹਰਨ ਦੇ ਦਿੰਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅੱਜ ਉਹਨਾਂ ਨੂੰ ਦੁਨੀਆਂ ਜਾਣਦੀ ਹੈ ਦੁਨੀਆਂ ਦੇ ਵਿੱਚ ਮਾਣ ਹੈ ਉਹਨਾਂ ਦਾ ਪਰ ਉਹਨਾਂ ਦੇ ਜਿਹੜੇ ਸਪੁੱਤਰ ਨੇ ਉਹ ਉਹਨਾਂ ਦੀ ਬਰਾਬਰੀ ਤਾਂ ਨਹੀਂ ਨਾ ਕਰ ਸਕਦੇ ਰਿਸਪੈਕਟ ਹੈ ਕਿ ਉਹਨਾਂ ਦੇ ਬੱਚੇ ਨੇ ਉਹ ਅਸੀਂ ਬਹੁਤ ਰਿਸਪੈਕਟ ਕਰਦੇ ਹਾਂ ਸੰਤਾਂ ਦੇ ਜਿਹੜੇ ਦੋ ਜਿਹੜੇ ਪੁੱਤਰ ਨੇ ਅੱਗੋਂ ਉਹਨਾਂ ਦੇ ਵੀ ਬੱਚੇ ਹੋ ਗਏ ਆ ਅਸੀਂ ਰਿਸਪੈਕਟ ਕਰਦੇ ਹਾਂ ਉਹਨਾਂ ਦੀ ਪਰ ਸੰਤ ਜਰਨੈਲ ਸਿੰਘ ਤਾਂ ਨਹੀਂ ਬਣ ਗਏ ਨਾ ਉਹ ਅੱਜ ਆਪਣੀ ਆਮ ਜ਼ਿੰਦਗੀ ਜੀ ਰਹੇ ਆ ਸਾਡੇ ਦਿਲਾਂ ਦੇ ਵਿੱਚ ਉਹਨਾਂ ਵਾਸਤੇ ਬਹੁਤ ਰਿਸਪੈਕਟ ਹੈਗੀ ਆ ਇਸੇ ਤਰੀਕੇ ਦੇ ਨਾਲ ਜੇਕਰ ਜਨਰਲ ਸੁਬੇਗ ਸਿੰਘ ਸੀ ਤਾਂ ਤੁਸੀਂ ਉਹਨਾਂ ਦਾ ਨਾਮ ਨਾ ਵਰਤੋ ਤਾਂ ਚੰਗਾ ਹੋਊਗਾ ਜਨਰਲ ਸੁਬੇਗ ਸਿੰਘ ਦਾ ਨਾਮ ਨਾ ਵਰਤੋ ਤੁਸੀਂ ਆਪਣੇ ਫਾਦਰ ਵਾਲਾ ਵਰਤ ਲਓ ਤੁਸੀਂ ਆਪਣੇ ਫਾਦਰ ਵਾਲਾ ਵਰਤ ਲਓ ਕਿਉਂਕਿ ਤੁਹਾਡੀ ਸੋਚ ਉਸ ਤਰੀਕੇ ਦੇ ਨਾਲ ਚੱਲ ਰਹੀ ਹੈ ਤੁਸੀਂ ਉਸ ਸੋਚ ਨੂੰ ਲੈ ਕੇ ਚੱਲ ਰਹੇ ਹੋ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਹ ਕੰਮ ਜਿਹੜੇ ਹੈਗੇ ਆ ਤੁਹਾਨੂੰ ਸੋਭਦੇ ਨਹੀਂ ਜੇਕਰ ਤੁਸੀਂ ਸੰਘਰਸ਼ ਦੇ ਵਿੱਚ ਹੈਗੇ ਹੋ ਤੁਸੀਂ ਇੱਕ ਸੋਚ ਨੂੰ ਪਿਆਰ ਨਹੀਂ ਕਰਦੇ ਜੋ ਤੁਹਾਨੂੰ ਲੱਗਿਆ ਬੜਾ ਬੁਰਾ ਹੋ ਗਿਆ ਜਨਰਲ ਸੁਬੇਗ ਸਿੰਘ ਇਸ ਤਰ੍ਹਾਂ ਸੀ ਮੈਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹਾਂ ਇੱਦਾਂ ਉਦਾਂ ਇਹ ਗੱਲਾਂ ਜਿਹੜੀਆਂ ਨੇ ਨਾ ਕਰੋ ਕਿਉਂਕਿ ਤੁਹਾਡੇ ਵਿਚਾਰ ਹੀ ਨਹੀਂ ਮਿਲਦੇ ਤੁਹਾਡੇ ਵਿਚਾਰ ਹੀ ਬਿਲਕੁਲ ਉਲਟ ਵਿਚਾਰਧਾਰਾ ਦੇ ਨੇ ਅੱਛਾ ਅੱਛਾ ਠੀਕ ਹੈ ਜੇ ਆਪਾਂ ਇਹ ਵੀ ਮੰਨ ਲਈਏ ਵੀ ਇੱਕ ਪਾਸੇ ਜਨਰਲ ਸੁਬੇਗ ਸਿੰਘ ਤੁਹਾਡੇ ਮਾਸੜ ਦੂਸਰੇ ਪਾਸੇ ਤੁਹਾਡੇ ਫਾਦਰ ਸਾਹਿਬ ਦੀ ਮੌਤ ਕਿਸ ਤਰੀਕੇ ਦੇ ਨਾਲ ਹੋਈ ਸੀ ਤੇ ਜਨਰਲ ਸੁਬੇਗ ਸਿੰਘ ਦੀ ਮੌਤ ਕਿਸ ਤਰੀਕੇ ਦੇ ਨਾਲ ਹੋਈ ਸੀ ਦੋਨੇ ਸੋਚਾਂ ਇੱਕੋ ਜਿਹੀਆਂ ਸੀ ਇੱਕੋ ਤਰੀਕੇ ਦੇ ਨਾਲ ਮੌਤ ਹੋਈ ਹੈ ਤੁਹਾਡੇ ਫਾਦਰ ਸਾਹਿਬ ਦੀ ਤੇ ਜਨਰਲ ਸੁਬੇਗ ਸਿੰਘ ਦੀ ਬਿਲਕੁਲ ਨਹੀਂ ਇਹ ਦੋ ਅਲੱਗ ਵਿਚਾਰਧਾਰਾਵਾਂ ਸੀ ਸੋ ਤੁਸੀਂ ਹੁਣ ਪਹਿਲਾਂ 3 ਮਹੀਨੇ ਆਪਣੇ ਫਾਦਰ ਦੀ ਗੱਲ ਕਰਦੇ ਰਹੇ ਜਦੋਂ ਹੁਣ ਤੁਹਾਨੂੰ ਪਤਾ ਲੱਗਿਆ ਵੀ ਸਾਰੇ ਮੇਰੇ ਵਿਰੋਧ ਹੋ ਚੁੱਕੇ ਆ ਫਿਰ ਤੁਹਾਨੂੰ ਇਹ ਆ ਗਿਆ ਯਾਦ ਭਈ ਮੈਂ ਹੁਣ ਜਨਰਲ ਸੁਬੇਗ ਸਿੰਘ ਦਾ ਨਾਮ ਵਰਤਣਾ ਜੇਕਰ ਚਲੋ ਮੰਨ ਵੀ ਲਓ ਅੱਜ ਤੁਸੀਂ ਉਹਨਾਂ ਦਾ ਨਾਮ ਵਰਤ ਲਿਆ ਤੇ ਜਨਰਲ ਸੁਬੇਗ ਸਿੰਘ ਦੇ ਭਰਾ ਤੁਹਾਡੇ ਨਾਲ ਆਏ ਸੀ ਉਹ ਕੀ ਕਹਿ ਰਹੇ ਸੀ ਨਾਲ ਖੜੇ ਤੇ ਤੁਸੀਂ ਕੀ ਕਹਿ ਰਹੇ ਸੀ ਇਹ ਵੀ ਪਤਾ ਨਾ ਹੁਣ ਇੱਥੋਂ ਤੁਹਾਨੂੰ ਸਮਝ ਜਾਣਾ ਚਾਹੀਦਾ ਵੀ ਦੋ ਸੋਚਾਂ ਨੇ ਦੋ ਅਲੱਗ ਅਲੱਗ ਨੇ ਨਾ ਲਿਓ ਅੱਜ ਤੋਂ ਬਾਅਦ ਨਾਮ ਉਹਨਾਂ ਦਾ ਅਸੀਂ ਸ਼ਖਸੀਅਤ ਨੂੰ ਪਿਆਰ ਕਰਦੇ ਹਾਂ ਅਸੀਂ ਉਹਨਾਂ ਦੇ ਵੰਸ਼ ਨੂੰ ਪਿਆਰ ਨਹੀਂ ਕਰਦੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਤੇ ਉਹਨਾਂ ਦੇ ਬੱਚਿਆਂ ਦਾ ਕੀ ਹੈ ਉਹਨਾਂ ਦੇ ਬੱਚਿਆਂ ਦੀ ਕਿਹੜੀ ਥਾਂ ਅੱਜ ਸਿੱਖ ਕੌਮ ਦੇ ਵਿੱਚ ਤੇ ਉਹਨਾਂ ਦੀ ਕਿਹੜੀ ਸੀ ਅਸੀਂ ਸ਼ਖਸੀਅਤ ਨੂੰ ਪਿਆਰ ਕਰਦੇ ਹਾਂ ਤੁਹਾਡੀਆਂ ਕੁਰਬਾਨੀਆਂ ਹੈ ਤੇ ਗੱਲ ਕਰੋ ਤੁਹਾਡੀ ਸੋਚ ਕਿੱਥੇ ਆ ਤੁਸੀਂ ਗੱਲ ਕਰੋ ਇਹ ਨਾ ਕਹੋ ਵੀ ਅਸੀਂ ਉਹਨਾਂ ਦੇ ਵਾਰਸ ਹਾਂ ਉਹਨਾਂ ਦੇ ਵਾਰਸ ਹਾਂ ਉਹਨਾਂ ਨੇ ਕੁਰਬਾਨੀਆਂ ਕਿੱਦਾਂ ਦਿੱਤੀਆਂ ਇਹ ਗੱਲ ਯਾਦ ਕਰ ਲਿਓ ਅਗਲੀ ਗੱਲ ਕਰਨੀ ਹੈ ਗੱਲ ਬੜੈਚ ਦੀ ਗੱਲ ਬੜੈਚ ਹੁਣ ਕਹਿੰਦੇ ਆ ਵੀ 3 ਕੁ ਮਹੀਨੇ ਬਾਅਦ ਉਹਨੂੰ ਕਿਤੇ ਚੇਤਾ ਆਇਆ ਵੀ ਹੁਣ ਕਿਤੇ ਸਾਹ ਲੈਣ ਦਾ ਟਾਈਮ ਹੈ ਮੇਰੇ ਦੁਬਾਰਾ ਐਂਟਰੀ ਕਰਨ ਦਾ ਟਾਈਮ ਹੈ ਤੇ ਹੁਣ ਉਹਨੇ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਆਪਣੀ ਤੁੱਛ ਜੀ ਕੋਸ਼ਿਸ਼ ਕੀਤੀ ਹੈ ਤੇ ਹੁਣ ਇਸ ਵਾਰੀ ਹੁਣ ਦੇਖੋ